ਹਾਲ ਚਾਲ ਆ ਤੁਹਾਡਾ ਜੀ ਸਭ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਗੁੱਡ ਗੁੱਡ ਪਰਫੈਕਟਲੀ ਆਲ ਰਾਈਟ ਪਰਫੈਕਟਲੀ ਆਲ ਰਾਈਟ ਇੱਕ ਸਾਲ ਤੇ ਤਕਰੀਬਨ 4 ਮਹੀਨੇ ਹੋ ਗਏ ਨਾ ਠੀਕ ਆ ਚੱਲਣਾ ਫਿਰਨਾ ਵਧੀਆ ਫੈਕਟੇਬਲ ਲਾਈਫ ਫਸਟ ਕਲਾਸ ਗੁੱਡ 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 ਕੀ ਕੈਪੈਸਿਟੀ ਕਿੰਨੀ ਕਿੰਨਾ ਖਾਦਾ ਜਾਂਦਾ ਇੱਕ ਰੋਟੀ ਜਾਂ ਦੋ ਰੋਟੀਆਂ ਇੱਕ ਟਾਈਮ ਤੇ ਰੋਟੀ ਤੇ ਮੈਂ ਜ਼ਿਆਦਾ ਨਹੀਂ ਲੇਕਿਨ ਉਹ ਪ੍ਰੋਟੀਨ ਵਿੱਚ ਜੇ ਦੱਸੇ ਨਾ ਫਿਸ਼ ਵਗੈਰਾ ਚਿਕਨ ਵਗੈਰਾ ਉਹ ਖਾ ਲੈਨੇ ਉਹ ਮੈਂ ਸਵੇਰੇ ਸ਼ਾਮ ਦੁਪਹਿਰ ਦੋ ਦੋ ਪੀਸ ਵੈਰੀ ਗੁੱਡ ਦਹੀਂ ਦਹੀਂ ਖਾ ਲੈਣਾ ਫਰੈਸ਼ ਜੂਸ ਪੀ ਲੈਣਾ ਰੋਸਟਡ ਚਨਾ ਅੱਛਾ ਅੱਛਾ ਤੁਸੀਂ ਇਹ ਦੇਖਿਆ ਵੀ ਜਿਹੜਾ ਹੁਣ ਜਿਵੇਂ ਤੁਸੀਂ ਨਾਨ ਵੈਜ ਖਾ ਰਹੇ ਹੋ ਫਿਸ਼ ਖਾ ਰਹੇ ਹੋ ਇਹਦੇ ਨਾਲ ਬਾਡੀ 'ਚ ਇੱਦਾਂ ਲੱਗਦਾ ਵੀ ਐਨਰਜੀ ਜ਼ਿਆਦਾ ਬੈਟਰ ਹੈ ਪਹਿਲਾਂ ਨਾਲੋਂ ਹਾਂ ਚਿਕਨ ਵਗੈਰਾ ਨਾਨ ਵੈਜ ਖਾਣ ਦੇ ਨਾਲ ਮੈਂ ਕੰਫਰਟੇਬਲ ਰਹਿੰਦਾ ਹਾਂ ਇਹ ਚੀਜ਼ ਬੜੀ ਇੰਪੋਰਟੈਂਟ ਹੈ ਕਿ ਬਾਡੀ ਨੂੰ ਨਿਊਟ੍ਰੀਸ਼ਨ ਦੀ ਲੋੜ ਹੈ ਜੀ ਜੀ ਤੇ ਆਪਾਂ ਚਾਹੁੰਦੇ ਵੀਕਨੈਸ ਨਾ ਕੋਈ ਹੋਵੇ ਹਾਂ ਨਹੀਂ ਸਵੇਰ ਮੈਂ ਐਕਸਰਸਾਈਜ਼ ਵਿੱਚ ਡੇਲੀ ਮੇਰੀ ਹੈਗੀ ਐਕਸਰਸਾਈਜ਼ ਪ੍ਰੋਟੀਨ ਇਨਟੇਕ ਜੇ ਨਾਨ ਵੈਜ ਨਹੀਂ ਵੀ ਲੈਣਾ ਤਾਂ ਫਿਰ ਲੱਸੀ ਦੇ ਗਲਾਸ 4-5 ਹੋ ਜਾਣ ਦਿਨ 'ਚ ਜੀ ਜੀ ਦਹੀਂ ਜ਼ਰੂਰ ਦਵਾਈ ਸਮਝ ਕੇ ਖਾਣਾ ਹੈ ਜਦੋਂ ਵੀ ਤੁਸੀਂ ਲੰਚ ਕਰਦੇ ਹੋ ਡਿਨਰ ਕਰਦੇ ਹੋ ਪ੍ਰੈਕਟਿਸ ਬਸ ਇਹ ਪ੍ਰੋਟੀਨਸ ਦਾ ਹੀ ਆ ਮੇਨ ਆਪਣਾ ਬਾਕੀ ਵਰਜਿਸ਼ ਕਰੀ ਜਾਓ ਕੋਈ ਪ੍ਰੋਬਲਮ ਦਾ ਕੋਈ ਮਤਲਬ ਹੀ ਨਹੀਂ ਹੈਗਾ ਅਤੇ ਓਵਰਆਲ ਜੇ ਹੁਣ ਤੁਸੀਂ ਦੇਖੇ ਆਪਾਂ ਵੀ ਜਿਹੜੀ ਤੁਹਾਡੀ ਕੁਆਲਿਟੀ ਆਫ ਲਾਈਫ ਆ ਪਹਿਲਾਂ ਦਾ ਅਤੇ ਹੁਣ ਦਾ ਕਿੰਨਾ ਕੁ ਫਰਕ ਤੁਹਾਡੇ ਹਿਸਾਬ ਨਾਲ ਲੱਗਦਾ ਅੱਛਾ ਬਿਲਕੁਲ ਜੇ 10 ਚੋਂ ਨੰਬਰ ਦੇਣੇ ਹੁਣ ਕਿੰਨੇ 10-11 ਗੁੱਡ 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 ਅਤੇ ਕਦੇ ਐਂ ਤਾਂ ਨਹੀਂ ਹੁੰਦਾ ਨੌਜ਼ੀਆ ਵੋਮਿਟਿੰਗ ਕੋਈ ਉਲਟੀ ਬਸ ਇਹਨੂੰ ਮੇਨਟੇਨ ਕਰਕੇ ਰੱਖਣਾ ਹੁਣ ਆਪਾਂ ਨੇ ਤੁਸੀਂ ਇਹ ਸਮਝ ਲੋ ਵੀ ਆਪਾਂ ਆਪਣੇ ਵਜ਼ਨ ਦੇ ਮਾਸਟਰ ਆ ਆਪਣੇ ਹੱਥ ਚ ਵਜ਼ਨ ਕਿਤੇ ਮਰਜ਼ੀ ਸੈੱਟ ਕਰ ਲਓ